ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਮਾਲਵਾ ਫਾਰਮਿੰਗ ਇਨਫੋਰਮੇਸ਼ਨ ਚੈਨਲ ਤੇ ਅੱਜ ਗੱਲ ਕਰਾਂਗੇ ਆਪਾਂ ਬੀਜਾਂ ਬਾਰੇ ਕਣਕ ਦੇ ਬਾਰੇ ਹੁਣ ਬਿਲਕੁਲ ਸਹੀ ਟਾਈਮ ਚੱਲ ਰਿਹਾ ਆਪਣੇ ਖੇਤ ਦੇ ਮੁਤਾਬਕ ਬੀਜ ਦੀ ਚੋਣ ਕਰਨ ਦਾ ਕਿ ਆਪਾਂ ਕਿਹੜਾ ਬੀਜ ਬੀਜ ਸਕਦੇ ਆ ਜਾਂ ਪਿਛਲੇ ਸਾਲ ਆਪਾਂ ਨੂੰ ਕਿਹੜੇ ਬੀਜ ਨੇ ਵਧੀਆ ਝਾੜ ਦਿੱਤਾ ਕਿਉਂਕਿ ਪਿਛਲੇ ਸਾਲ ਬੀਜ ਆ ਜਿਹੜਾ ਉਹ ਉਹ ਜਿਹੜਾ ਇਸ ਖੇਤ ਦੇ ਵਿੱਚ ਆਪਣੇ ਜਿਸ ਵੀ ਖੇਤ ਦੇ ਵਿੱਚ ਆਪਾਂ ਲਾਉਨੇ ਆ ਉਸ ਖੇਤ ਦੇ ਵਿੱਚ ਜਿਹੜਾ ਬੀਜ ਹੈਗਾ ਉਹ ਵਧੀਆ ਨਿਕਲਿਆ ਤਾਂ ਆਪਾਂ ਉਸ ਦੀ ਚੋਣ ਕਰ ਸਕਦੇ ਆ ਸੋ ਜਾਂ ਕਿਸੇ ਗਮਾਂਡੀ ਦੇ ਨਿਕਲਿਆਗਾ ਵਧੀਆ ਤਾਂ ਉਸ ਆਪਾਂ ਗਮਾਂਡੀ ਤੋਂ ਕਿਉਂਕਿ ਪਿਛਲੇ ਸਾਲ ਨਵੇਂ ਨਵੇਂ ਬੀਜ ਬਹੁਤ ਮਹਿੰਗੇ ਮਹਿੰਗੇ ਰੇਟਾਂ ਤੇ ਕਿਸਾਨਾਂ ਨੇ ਲੈ ਕੇ ਵੀ ਜੇ ਸੋ ਕਿਸਾਨ ਵੀ ਰਿਜ਼ਲਟ ਕੀ ਨਿਕਲਿਆ ਉਸ ਦੀ ਆਪਾਂ ਗੱਲਬਾਤ ਕਰਦੇ ਹਾਂ ਪਰ ਹੁਣ ਉਸ ਤੋਂ ਪਹਿਲਾਂ ਗੱਲ ਕਰੀਏ ਦਾ ਜਿਹੜੀ ਕਿਸਾਨੀ ਹੈ ਉਹ ਇੱਕ ਅਜਿਹੇ ਦੌਰ ਚੋਂ ਲੰਘ ਰਹੀ ਹੈ ਕਿਸਾਨ ਵੀਰੋ ਜਿਹੜੀ ਕਿ ਇੱਕ ਦੂਜੇ ਦੀ ਮਦਦ ਤੋਂ ਬਿਨਾ ਬੀਜਾਂ ਵਗੈਰਾ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਮਦਦ ਦੇ ਬਿਨਾ ਅੱਗੇ ਵਧ ਨਹੀਂ ਸਕਦੀ ਪਿੱਛੇ ਜਾ ਸਕਦੀ ਹੈ ਸੋ ਕਿਸਾਨ ਵੀਰੋ ਜੇਕਰ ਕਿਸੇ ਵੀ ਕਿਸਾਨ ਕੋਲ ਬੀਜ ਨਵਾਂ ਬੀਜ ਤਿਆਰ ਹੋਇਆ ਤਾਂ ਉਹ ਆਪਣੇ ਗੁਮਾਂਢੀ ਨੂੰ ਦੋਸਤ ਮਿੱਤਰ ਨੂੰ ਦੇ ਸਕਦਾ ਜਿਹਦਾ ਕਿ ਝਾੜ ਵਧੀਆ ਹੋਇਆ ਹੋਵੇ ਜਾਂ ਲੈ ਸਕਦਾ ਉਸ ਤੋਂ ਸਭ ਤੋਂ ਵੱਡਾ ਬਸਵਾਸਯੋਗ ਕੰਮ ਇਹੀ ਹੁੰਦਾ ਉਸ ਤੋਂ ਬਾਅਦ ਜੇਕਰ ਆਪਾਂ ਅੱਗੇ ਬੀਜ ਲੈਣੇ ਨੇ ਅੱਗੇ ਜਿਵੇਂ ਪਨਸੀਡ ਆ ਗਈ ਪੀਏਯੂ ਜਾਂ ਕੇਵੀਕੇ ਕੇਂਦਰਾਂ ਦੇ ਵਿੱਚੋਂ ਜਿਹੜੇ ਵੀ ਆਪਾਂ ਬੀਜ ਖਰੀਦਦੇ ਨੇ ਜਿਹੜੇ ਉੱਥੇ ਉਪਲਬਧ ਨੇ ਜਿਹੜੇ ਆਪਾਂ ਨੇ ਨੋਟ ਕੀਤੇ ਨੇ ਕਿ ਆਪਣੇ ਖੇਤ ਦੇ ਵਿੱਚ ਵਧੀਆ ਹੋਣਗੇ ਤਾਂ ਆਪਾਂ ਉਹਨਾਂ ਤੋਂ ਖਰੀਦ ਸਕਦੇ ਆ ਉਸ ਤੋਂ ਬਾਅਦ ਜੇਕਰ ਕੋਈ ਪ੍ਰਾਈਵੇਟ ਅਦਾਰਾ ਬੀਜ ਵੇਚ ਰਿਹਾ ਹੈਗਾ ਤਾਂ ਉਸ ਤੋਂ ਪੱਕੇ ਮਿਲਦੇ ਨਾਲ ਆਪਾਂ ਖਰੀਦੀਏ ਪਰ ਵਿਸ਼ਵਾਸਯੋਗ ਅਦਾਰਾ ਹੋਵੇ ਕਿਉਂਕਿ ਉਸ ਤੋਂ ਬਾਅਦ ਬਹੁਤ ਖੱਜਲਖਵਾਰੀ ਹੁੰਦੀ ਹੈ ਕਿਸਾਨ ਵੀਰੋ ਕਿਉਂਕਿ ਜਿਹੜੇ ਕਿਸਾਨਾਂ ਨੂੰ ਨਵੇਂ ਬੀਜ ਦਾ ਕਰੇਜ ਆ ਸੋ ਬੇਨਤੀ ਆ ਕਿ ਇੰਨਾ ਜ਼ਿਆਦਾ ਕਰੇਜ ਜਦੋਂ ਆਪਣੇ ਕਿਸੇ ਵੀ ਚੀਜ਼ ਦਾ ਹੋ ਜਾਂਦਾ ਤਾਂ ਆਪਣਾ ਸੋਸਨ ਹੋ ਜਾਂਦਾ ਨਾਕਲੀ ਚੀਜ਼ ਵੇਚਣ ਲੱਗ ਜਾਂਦੀ ਹੈ ਕਿਸੇ ਵੀ ਚੀਜ਼ ਨੂੰ ਇਹ ਕਿਸਾਨ ਵੀਰੋ ਜੇਕਰ ਆਪਾਂ ਨਵੇਂ ਬੀਜਾਂ ਦਾ ਬੀਜਾਂ ਨੂੰ ਬੀਜਣ ਦਾ ਤਜਰਬਾ ਕਰਨਾ ਤਾਂ ਥੋੜੇ ਜੇ ਰਕਵੇ ਤੇ ਕਰ ਲਈਏ ਕਿਉਂਕਿ ਜਿਹੜੀਆਂ ਯੂਨੀਵਰਸਿਟੀਆਂ ਨੇ ادارے ਨੇ ਉਹਨਾਂ ਦਾ ਵੀ ਇਹ ਹੀ ਮਕਸਦ ਹੁੰਦਾ ਨਾ ਥੋੜਾ ਬੀਜ ਦੇਣ ਦਾ ਕਿ ਤੁਸੀਂ ਬੀਜ ਲਓ ਤੇ ਉਸ ਨੂੰ ਚੰਗੇ ਤਰੀਕੇ ਦੇ ਨਾਲ ਤਿਆਰ ਕਰਕੇ ਦੇਖੋ ਜੇਕਰ ਵਧੀਆ ਰਿਜ਼ਲਟ ਮਿਲਦਾ ਤਾਂ ਆਪ ਵੀ ਜੋ ਆਪਣੇ ਦੋਸਤਾਂ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਹੋਰ ਕਿਸਾਨ ਵੀਰਾਂ ਨੂੰ ਬੀਜ ਤੁਸੀਂ ਦੇ ਸਕਦੇ ਹੋਗੇ ਉਹ ਕਿਵੇਂ ਵੀ ਕਰਕੇ ਸੋ ਇਸ ਤਰੀਕੇ ਦਾ ਜਿਵੇਂ ਕਿ ਹੁਣ ਪੀਬੀਡਬਲ 826 ਆ ਪੀਯੂ ਦੇ ਕਿਸਾਨ ਮੇਲੇ ਦੇ ਉੱਤੇ ਜਿੰਨਾ ਵੀ ਉਹਨਾਂ ਕੋਲ ਸਟਾਕ ਸੀਗਾ ਉਹ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਕਿਉਂਕਿ ਜੇਕਰ ਨਵੇਂ ਬੀਜ-ਬੀਜਣ ਦੀ ਗੱਲ ਕਰੀਏ ਕਿਸਾਨ ਵੀਰੋ ਆਪਣਾ ਇੰਨਾ ਜ਼ਿਆਦਾ ਰੁਝਾਨ ਹੁੰਦਾ ਕਿ ਨਵਾਂ ਬੀਜ ਆਪਾਂ ਵੱਧ ਤੋਂ ਵੱਧ ਰੱਖਵੇ ਚ ਬੀਜੀਏ ਸੋ ਇੰਨੀ ਇੱਕ ਗੱਲ ਨੂੰ ਸਮਝ ਲੈਣਾ ਚਾਹੀਦਾ ਕਿ ਜਿਹੜੇ ਆਪਣੇ ਵੱਡੇ-ਵੱਡੇ ਰਿਸ਼ੇ ਉਹ ਵੀ ਖੇਤੀ ਕਰਦੇ ਸੀ ਉਸ ਤੋਂ ਬਾਅਦ ਆਪਾਂ ਖੇਤੀ ਕਰ ਰਹੇ ਹਾਂ ਅੱਗੇ ਵੀ ਖੇਤੀ ਨੇ ਹੋਈ ਜਾਣਾ ਹੈ ਨਾ ਜ਼ਮੀਨ ਨੇ ਕਿਤੇ ਨਹੀਂ ਚਲੀ ਜਾਣਾ ਬੀਜ ਆ ਹੁੰਦੇ ਜਾਂਦੇ ਰਹਿੰਦੇ ਨੇ ਪਰ ਕਿਸਾਨ ਵੀਰੋ ਜੇਕਰ ਆਪਾਂ 6 ਮਹੀਨਿਆਂ ਦੀ ਫਸਲ ਨੂੰ ਕਿਸੇ ਧੋਖੇ ਦਾ ਸ਼ਕਾਰ ਹੋਵਾਂਗੇ ਤਾਂ ਉਹ ਪਰਭਾਈ ਕਦੇ ਵੀ ਨਹੀਂ ਹੋ ਸਕਦੀ ਸੋ ਇਸ ਕਰਕੇ ਜਿਹੜੇ ਬੀਜ ਦਾ ਟ੍ਰਾਇਲ ਕਰਨਾ ਤਾਂ ਆਪਣੇ ਜੋਗਰਾ ਬੀਜ ਹਰ ਸਾਲ ਨਵਾਂ ਬੀਜ ਜ਼ਰੂਰ ਤਿਆਰ ਕਰਨਾ ਪਰ ਕਰਨਾ ਥੋੜੇ ਰੱਖਵੇ ਤੇ ਉਸ ਤੋਂ ਬਾਅਦ ਉਹਦਾ ਰਿਜ਼ਲਟ ਆਪਾਂ ਨੂੰ ਜੰਗਾ ਲੱਗਦਾ ਆਪਾਂ ਬੀਜ ਸਕਦੇ ਹਾਂ ਇਹ ਆਪਾਂ ਨੂੰ ਕਿਵੇਂ ਜਿਹੜੇ ਆਪਾਂ ਕਹਿੰਦੀਏ ਬਾਜ਼ਾਰ ਦੇ ਵਿੱਚ ਆ ਇਸ ਟਾਈਮ ਤੇ ਸਾਰਿਆਂ ਤੋਂ ਵੱਧ ਐਕਟਿਵ ਨਹਿੰਗੇ ਬੀਜ ਵੇਚਣ ਵਾਲੇ ਉਹ ਬੀਜ ਵੇਚਣ ਵਾਲੇ ਬਹੁਤ ਸਾਰੇ ਪਰ ਸਾਰੇ ਤਾਂ ਨਹੀਂ ਬਹੁਤ ਸਾਰੇ ਅਜਿਹੇ ਅੰਸਰ ਦੇਣਗੇ ਜਿਨ੍ਹਾਂ ਦਾ ਕਿ ਮਕਸਦ ਹੁੰਦਾ ਜਿਵੇਂ ਕਿ ਪਿਛਲੇ ਸਾਲ ਸੀਗਾ ਡੀਬੀਡਬਲਯੂ 303 ਦਾ ਬੀਜ ਉਹਨਾਂ ਮਾਰਕੀਟ ਦੇ ਵਿੱਚ ਹੈ ਨਹੀਂ ਸੀ ਜਿੰਨਾ ਬੀਜ ਲੋਕਾਂ ਦੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਬੀਜਿਆ ਗਿਆ ਜਾਂ ਜਿਵੇਂ ਕਿ 187 ਦਾ ਬੀਜ ਸੀ ਜਾਂ 222 ਦਾ ਜਾਂ 3226 ਦਾ ਬੀਜ ਸੀ ਇਹ ਬੀਜ ਵੱਡੀ ਮਾਤਰਾ ਦੇ ਵਿੱਚ ਬੀਜੇਗੇ ਪਰ ਛਾੜ ਕਿਉਂ ਨਹੀਂ ਆਇਆ ਝੜ ਨਾ ਆਉਣ ਦਾ ਕਾਰਨ ਕਿਸਾਨ ਵੀਰੋਂ ਖਾਸ ਕਰਕੇ 303 ਦਾ ਇੱਥੋਂ ਤੱਕ ਵੀ ਦੇਖਿਆ ਗਿਆ ਕਿ ਕੁਝ ਕਿਸਾਨ ਵੀਰਾਂ ਦੇ 15 16 ਕਮਾਂਟਲ ਝੜ ਆਇਆ ਉਹਦਾ ਕਾਰਨ ਉਹਦਾ ਕਾਰਨ ਇਹ ਸੀ ਕਿ ਬੀਜ ਨਕਲੀ ਮਿਲ ਗਿਆ ਸੀ ਜਾਂ ਕਹਿਣ ਦਾ ਭਾਅ ਕਿਉਂਕਿ ਬਾਜ਼ਾਰ ਚੋਂ ਨਾ ਬੀਜ ਜਦੋਂ ਨਹੀਂ ਸੀ ਤਾਂ ਹੋਰ ਕੋਈ ਵੀ ਬੀਜ ਵੇਚ ਵੇਚਿਆ ਜਾ ਸਕਦਾ ਉਸ ਦਾ ਨਾਮ ਲੈ ਕੇ ਸੋ ਇਸ ਕਰਕੇ ਇਸ ਸੋਸ਼ਣ ਤੋਂ ਜੈ ਜਿਹੜਾ ਨਕਲੀ ਬੀਜ ਤੋਂ ਆਪਾਂ ਕਿਵੇਂ ਬਾ ਸਕਦੇ ਆਂਗੇ ਸੋ ਬੀਜ ਸਿਰਫ ਪ੍ਰਾਈਵੇਟ ادارے ਤੋਂ ਲੈਣਾ ਦਾ ਪੱਕਾ ਬਿੱਲ ਕਿਤੇ ਜਾਂ ਸਰਕਾਰੀ ادارے ਤੋਂ ਹੀ ਖਰੀਦੇ ਤੇ ਆਪਾਂ ਜਿਆਦਾ ਇੱਕ ਬੀਜ ਮੰਗਰਨਾ ਭੱਜਣ ਦੀ ਕੋਸ਼ਿਸ਼ करिए ਸੋ ਇਹਨਾਂ ਗੱਲਾਂ ਦਾ ਧਿਆਨ ਰੱਖਿਏ ਹੁਣ ਜਿਵੇਂ ਕਿ ਹੁਣ ਆਮ ਖਾਸ ਹੀ ਦੇਖ ਰਹੇ ਨੇ ਜਿਹੜੇ ਕਿਸਾਨ ਵੀਰ ਸਭ ਤੋਂ ਪਹਿਲਾ ਨੰਬਰ ਤਾਂ ਜਦੋਂ ਆਪਾਂ ਕਿਤੇ ਬੀਜ ਲੈਣੇ ਆਂ ਕਈ ਵਾਰੀ ਆਪਾਂ ਨੂੰ ਨੰਬਰ ਦੇ ਦਿੱਤੇ ਜਾਂਦੇ ਨੇ ਕਿਸਾਨ ਵੀਰੋ ਪੰਜ ਚਾਰ ਨੰਬਰ ਜਾਂ ਗੱਲ ਕਰਾਈ ਜਾਂਦੀ ਹੈ ਜਦੋਂ ਆਪਾਂ ਕੋਈ ਬੀਜ ਖਰੀਦਦੇ ਹਾਂ ਵਿਸ਼ਵਾਸਯੋਗ ਹੈ ਇਹ ਧਾਰਾ ਕਿ ਇਹ ਡੀਲਰ ਆ ਜਿਹੜਾ ਕਿ ਅਸੀਂ ਹਾਂ ਬੀਜ ਲੈ ਕੇ ਗਏ ਸਾਡੇ ਬਹੁਤ ਝਾੜ ਨਿਕਲੇ ਸੋ ਕਿਸਾਨ ਵੀਰੋ ਅਦਰ ਪਰਸਨ ਜੇਕਰ ਫੋਨ ਤੇ ਕੋਈ ਵੀ ਹਾਂ ਕਹਿੰਦਾ ਕਿ ਸਾਡੇ ਝਾੜ ਨਿਕਲੇ ਯਕੀਨ ਕਰ ਆਪਾਂ ਕਰਨਾ ਜਾਂ ਨਾ ਕਰਨਾ ਉਹ ਆਪਣੇ ਤੇ ਡਿਪੈਂਡ ਕਰਦਾ ਸੋ ਕੋਸ਼ਿਸ਼ ਕਰੋ ਕਿ ਬਾਈ ਫੇਸ ਜੇਕਰ ਕਿਸੇ ਨੂੰ ਆਪਾਂ ਜਾਣਦੇ ਆ ਵਧੀਆ ਝਾੜ ਦਿੱਤਾ ਜਾਂ ਵ ਬੀਜ ਵੇਚ ਰਿਹਾ ਕੋਈ ਡੀਲਰ ਜਾਂ ਡਿਸਟ੍ਰੀਬਿਊਟਰ ਤਾਂ ਹੀ ਬੀਜ ਖਰੀਦਿਆ ਦੂਸਰਾ ਨੰਬਰ ਸਾਰਿਆਂ ਤੋਂ ਵੱਡਾ ਕੰਮ ਚੱਲ ਰਿਹਾ ਸੋਸ਼ਲ ਮੀਡੀਆ ਤੇ ਬਹੁਤ سارے ਕਿਸਾਨ ਵੀਰ ਨੇ ਦੇਖ ਰਹੇ ਹੋਣੇ ਸੋਸ਼ਲ ਮੀਡੀਆ ਤੇ ਕਿ ਬੀਜ ਵੇਚਣ ਵਾਲੇ ਕਿੰਨੇ ਜ਼ਿਆਦਾ ਐਕਟਿਵ ਨੇ ਕਿ ਹੁਣ ਸਾਡੇ ਕੋਲ ਬੀਜ ਹੈਗਾ ਉਸ ਤੋਂ ਬਾਅਦ ਕੰਟੈਕਟ ਨੰਬਰ ਦਿੱਤਾ ਜਾਂਦਾ ਹੈ ਕਿ ਆਪਾਂ ਇਨਬਾਕਸ ਦੇ ਵਿੱਚ ਰੇਟ ਦੱਸੀ ਜਾਂਦੇ ਨੇ ਬੀਜ ਲਾ ਸਕਦੇ ਹਾਂ ਜ਼ਰੂਰੀ ਨਹੀਂ ਸਾਰੇ ਮਾਰੇ ਹੁਣ ਪਰ ਬਹੁਤ ਸਾਰੇ ਅਨਸਰ ਆਜੇ ਨੇ ਪਿਛਲੇ ਸਾਲ ਵੀ ਆਪਾਂ ਦੇਖਦੇ ਰਹੇ ਨਾ ਕਿ ਆਪਣੀ ਇਸ ਜੀਤੇ ਨਿਗਾਹ ਹੁੰਦੀ ਹੈ ਕਿ ਕਿੰਨੀ ਠੱਗੀ ਵੱਜ ਰਹੀ ਹੈ ਕਿਸਾਨ ਵੀਰਾਂ ਦੇ ਨਾਲ ਸੋ ਇਸ ਕਰਕੇ ਬੇਨਤੀ ਆ ਕਿ ਜੇਕਰ ਕਿਸੇ ਤੋਂ ਬੀਜ ਖਰੀਦਣਾ ਵੀ ਆ ਤਾਂ ਵਿਸ਼ਵਾਸ ਨਾਲ ਹੀ ਬੀਜ ਖਰੀਦਣਾ ਬਾਰੀ-ਬਾਰੀ ਇਹੀ ਆਪਾਂ ਗੱਲ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਪਿਛਲੇ ਸਾਲ ਬਹੁਤ ਸਾਰੇ ਕਿਸਾਨਾਂ ਦੇ ਨਾਲ ਧੋਖਾ ਹੋਇਆ ਇਦਾਂ ਕਿ ਆਪਾਂ ਇਹ ਤੋਂ ਕਿਤੇ ਬਚੀਏ ਤੇ ਆਪਣਾ ਜਿਹੜਾ ਕਰੇਜ ਆ ਨਵੇਂ ਬੀਜਾਂ ਚ ਘਟਾਈਏ ਜ਼ਮੀਨ ਨੇ ਕਿਤੇ ਨਹੀਂ ਚਲੀ ਜਾਣਾ ਇਸ ਵਾਰ ਆਪਣਾ ਬੀਜ ਪੈਦਾ ਹੋ ਗਿਆ ਅ ਅਗਲੀ ਵਾਰ ਆਪਾਂ ਸਾਰੇ ਖੇਤ ਦੇ ਵਿੱਚ ਬੀਜ ਸਕਦੇ ਹਾਂ ਸੋ ਇੰਨੀਆਂ ਕੁ ਬੇਨਤੀਆਂ ਸੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਟਾਈਮ-ਟਾਈਮ ਦੇ ਨਾਲ ਆਪਾਂ ਅਵੇਅਰ ਕਰਦੇ ਹੀ ਰਹਾਂਗੇ ਜਿਹੜੀਆਂ ਵੀ ਚੀਜ਼ਾਂ ਆਪਣੇ ਸਾਹਮਣੇ ਆਉਂਦੀਆਂ ਰਹਿਣਗੀਆਂ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੇਕਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਨਾਲ ਲੱਗਦਾ ਕਿ ਸਾਨੂੰ ਵੀਰੋ ਘੰਟੀ ਵਾਲਾ ਬਟਨ ਜ਼ਰੂਰ ਦਬਲਿਆ ਕਰੋ ਤਾਂ ਜੋ ਆਉਣ ਵਾਲੀਆਂ ਵੀਡੀਓ ਦੇ ਵਿੱਚ ਸਾਡੇ